ਰਾਜਪੁਰਾ ਵਰਸਿਸ ਖੇੜਾ, ਰਾਜਪੁਰਾ ਵਰਸਿਸ ਖੇੜਾ। ਸ਼ੁਰੂ ਹੋ ਜਾਣੇ ਆ।
ਹੱਥ ਬਣ ਕੇ ਵੇਖੀ ਆ ਉੱਪਰ ਦੇ ਟੀਮਾਂ ਨੇ ਜਿਹੜੇ ਪੁੱਜੀ ਹੋਈ ਆ ਪ੍ਰੀ ਐਂਟਰੀ ਕਰਾ ਦੀ ਦੂਜੀ ਸਾਈਡ ਕਹਿ ਵੀ ਖੇਲ ਮੀਡੀਆ ਸੈਕਟਰ ਰਾਜਪੁਰਾ ਵਾਕਈ ਕੋਈ ਲੱਗਿਆ ਹੋਇਆ ਜੰਗ ਸਿੰਘ ਬਹਾਦਰ ਲਾੜੀ ਗੁਰੀ ਆ ਗਿਆ ਇਸ ਨੌਜਵਾਨ ਦਾ ਕਹਿ ਲਓ ਕਲਾੜੀ ਨਗਰ ਹੈ ਜਿੱਥੇ ਵੀ ਨੌ ਦੇ ਦਸ ਤਰੀਕ ਨੂੰ ਵੱਡਾ ਕਬੱਡੀ ਦਾ ਕਾਪਾ ਹੈ ਬਿਲਕੁਲ ਬਰਾਬਰ ਛੇ ਵਾਕੇ ਜਿਹੜਾ ਬਿਲਕੁਲ ਸਕੋਰ ਬਰਾਬਰ ਹੈ ਚੱਲ ਵੀ ਕਰੋ ਸਾਗਲ ਕਰੂਗਾ
ਕਹਿੰਦਾ ਵੀ ਜਦ ਗੱਭਰੂ ਦੇ ਪੱਟ ਭਿੜਦੇ ਨੇ ਬਈ ਬਲੀਰ ਦੇ ਜਿਹੜੀ ਪਰਦੀਆਂ ਟਰਾਲੀਆਂ ਤੇ ਬੈਠੇ ਆ ਪਰਦੀ ਟਰਾਲੀ ਦੀ ਇੱਕ ਸਾਈਡ ਨੂੰ ਹੋ ਜਾਓ ਜਗ੍ਹਾ ਇੱਕ ਸਾਈਡ ਪਰਦਾਵਾਂ ਭੈਣ ਵਾਲੀ ਜਗ੍ਹਾ ਖਾਲੀ ਕਰ ਰਹੇ ਹੋ ਬਲੀਰ ਦੇ ਇੱਕ ਕਲੱਬ ਦਾ ਮੈਂਬਰ ਜਾ ਕੇ ਜਗ੍ਹਾ ਇੱਕ ਸਾਈਡ ਵਾਲੀ ਖਾਲੀ ਕਰਾਉਂਦੇ ਜੀ ਹੱਥ ਬੰਨ ਕੇ ਬੇਨਤੀ ਹੈ ਇੱਕ ਸਾਈਡ ਵਾਲੀ ਜਿਹੜੀ ਵੀ ਜਗ੍ਹਾ ਖਾਲੀ ਕਰਵਾ ਦੇ ਜੀ ਪਰਦਾਵਾਂ ਭੈਣ ਵਾਲੀ ਜਗ੍ਹਾ ਖਾਲੀ ਕਰਾ ਦੇ ਬਲੀਰ ਬਾਹਰ ਦੀ ਵਾਹ ਇਸ ਗੱਭਰੂ ਦੇ ਵੀ ਕਹਿ ਲਓ ਵੀ ਇਹਦੇ ਵੀ ਪਿੰਡ ਦੇ ਵਿੱਚ 9-10 ਵੱਡਾ ਕਬੱਡੀ ਦਾ ਕਾਪਾ ਹੈ ਇਸ ਮੈਚ ਤੋਂ ਬਾਅਦ ਵਧਾਣਾ ਪ੍ਰੀਤਮਿੰਟ ਟੀਮਾਂ ਤਿਆਰ ਹੋ ਤਿਆਰ ਹੋਵੇ ਗਰਾਊਂਡ ਦੇ ਲਾਗੇ ਆ ਜਿਹੜੇ ਮਾਨਪੁਰਾ ਬੀ ਤੇ ਵਧਾਣਾ ਦਰਸ਼ਨ ਤੇ ਕਹਿ ਲਓ ਵੀ ਰੇਟ ਤੇ ਆ ਗਿਆ ਚੁਰੀ ਭਾਈ ਦਲੀਪ ਭਾਈ ਇੱਕ ਜਣਾ ਕੰਟਰੋਲ ਕਰੋ ਵੀ ਲਾਵੀ ਫਿਰ ਤੋਂ ਜਿਹੜਾ ਸੁਪਰ ਟੈਕਲ ਹੋ ਰਿਹਾ ਕਰਕੇ ਦੱਸਣਾ ਪੈਣਾ ਥਰਡ ਰੇਡ ਹੈ ਟੂ ਢਾਈ ਰੇਡ ਹੈ ਬਰਾਬਰ ਹੈ
ਅਮਨ ਅਮਨ ਪਰੇ ਖੁਰੀ ਹੈ ਚਲੋ ਚਲ ਚਲੋ ਚਲ ਲੱਭ ਤੇਰਾ ਦਿਲ ਦੱਸ ਤੇਰਾ ਕੀ ਸਪੋਰਟਸ ਦਾ ਕਿਹੜਾ ਤੇਰਾ ਦਾ ਭਾਈ ਇਸ ਮੈਚ ਤੋਂ ਬਾਅਦ ਮਧਾਣਾ ਦੇ ਨਾਲ ਮਾਨਪੁਰਾ ਬੀ ਪਲੀਜ਼ ਦੀ ਟੀਮ ਛੇਤੀ ਦੂਜੇ ਗਰਾਊਂਡ ਦੇ ਵਿੱਚ ਮਧਾਣਾ ਤੇ ਮਾਨਪੁਰਾ ਬੀ ਆਹ
ਚੱਲ
ਥਰਡ ਰੇਡਰ ਡੂਅਨ ਡਾਈ ਲੱਗ ਜਿਹੜੀ ਥਰਡ ਰੇਡਾ ਡੂਅਨ ਡਾਈ ਜਿਹੜਾ ਬਾਬੀ ਇਹ ਅਮਨ ਹੈ ਬਾਹਰ ਦੇ ਗੋਸ਼ਾਲਾ ਅਮਨ ਇੱਕ ਸੜ ਲੱਗਿਆ ਹੋਇਆ ਜੰਗ ਦੇ ਦੂਜੀ ਸੜ ਅਮਨ ਜੰਗ ਸਿੱਖ ਬਹਾਦਰ ਦੇ ਨਾਲ ਅਮਨ ਕੋਟ ਆਸਰਾ ਪਰਮਾਤਮਾ ਦਾ ਖੇਡ ਮੇਲਾ ਅਸੀਂ ਗਏ ਜਦੋਂ ਵਿਸਲ ਗਰਾਊਂਡ ਦੇ ਵਿੱਚ ਬੱਚੇ ਖਿਡਾਰੀ ਫੇਰ ਲੰਗੋਟੇ ਲਾਉਣ ਲੱਗੇ ਨਗਰ ਖੇੜਾ ਦੀ ਧਰਤੀ ਤੇ ਖੇਡਿਆ ਵਾਲਾ ਫੁੱਲ ਖੇੜਿਆ ਤੇ ਬੋਲ ਲੱਖਾਂ ਵਿੱਚ ਕਬੱਡੀ ਪਾਉਣ ਲੱਗੇ ਖੇੜਾ ਚੱਕ ਸ਼ਹੀਦ ਸੂਬੇਦਾਰ ਸਾਰਾ ਜਨ ਸਪੋਰਟ ਵੱਲੋਂ ਕਬੱਡੀ ਕੱਪ ਜਿੱਥੇ 65 ਕਿਲੋ ਦੇ ਮੁਕਾਬਲੇ ਕੱਲ੍ਹ ਦੇ ਚੱਲਦੇ ਹੈ ਉੱਥੇ ਓਪਨ ਦੀਆਂ ਟੀਮਾਂ ਨੂੰ ਬੇਨਤੀ ਹੈ ਟਾਈਮ ਨਾਲ ਆਪਣੇ ਐਂਟਰੀ ਕਰਾਉਣ ਆਹ ਮੈਚ ਕੱਲ੍ਹ ਦਾ ਲੀਗ ਮੈਚ ਬਚਦਾ ਸੀਗਾ ਲਾਸਟ ਮੈਚ ਜਿਹਦੇ ਵਿੱਚ ਅੱਛੇ ਖਿਡਾਰੀ ਖੇਡ ਰਹੇ ਹੈ ਔਰ ਸਪੋਂਸਰ ਕੀਤੀ ਗਈ ਹੈ ਟੀਮ ਪੈਂਸੀ ਵੱਲੋਂ ਤੇ ਆਹ ਟੀਮ ਜਿਹੜੀ ਰਾਜਪੁਰ ਆ ਇਹਨੂੰ ਵੀ ਮੈਚ ਇਹ ਜਿੱਤਣਾ ਜ਼ਰੂਰੀ ਹੈ ਜਿੱਤਣਾ ਚਾਹੀਦਾ ਹੈ ਨਗਰ ਖੇਡੇ ਦੂਜੇ ਟੀਮ ਰਾਜਪੁਰ ਆ ਬਹੁਤ ਰੇ ਗੁਰੀ ਟਾਟਾ ਸੀਟਲਸ ਕਿਹੜੀ ਗੇਮ ਖੇਡੀ ਹੈ ਡੂ ਡਾਇਰੈਕਟ ਥਰਡ ਰੇਡ ਹੈ ਡੂ ਡਾਇਰੈਕਟ ਥਰਡ ਰੇਡ ਕੱਲ੍ਹ ਵੀ ਚੰਗੀਆਂ ਕੈਚਾਂ ਲੱਗੀਆਂ ਇਸ ਖਿਡਾਰੀ ਨੂੰ ਅਸ਼ੋਕ ਸੈਣੀ ਜੀ ਨੇ ਚੰਗਾ ਖਿੱਚਿਆ ਇਹਨੂੰ ਪਰ ਸਾਰੀ ਘੇਰੀ ਜਿਹੜੀ ਹੈ ਬਿਲਕੁਲ ਹੀ ਅਰਤਾਸ਼ ਖੜੀ ਹੈ ਔਰ ਅਮਨ ਅਥੜਾ ਵਿੱਚ ਮੈਂ ਦੇਖ ਰਿਹਾ ਵੀ ਪਰਲੇ ਪਾਸੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਸਾਹਿਬ ਉਹਨਾਂ ਦਾ ਸਪੁੱਤਰ ਜੰਗ ਬਹਾਦਰ ਸਿੰਘ ਖੇਡ ਰਿਹਾ ਪਿੰਡ ਹੈ ਮਾਂਗਿਆ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਪਰ ਆਹ ਪਿੰਡ ਮੁੰਡੇ ਦਾ ਪਿੰਡ ਜਿਹੜਾ ਹੈ ਇਹ ਅਨੰਦਪੁਰ ਸਾਹਿਬ ਮਾਂਗਿਆ ਦੀ ਧਰਤੀ ਹੈ ਸੋਲਾਂ ਪੁਆਇੰਟ ਹੈ ਟੀਮ ਸ਼ਹੀਦ ਸੁਬੇਦਾਰ ਤਾਰਾ ਚੰਦ ਨਗਰ ਖੇਡੇ ਜੀ ਔਰ ਸਕੋਰ ਬਰਾਬਰ ਜੀ ਸਕੋਰ ਬਰਾਬਰ ਹੋ ਗਿਆ ਤਾੜੀਆਂ ਮਾਰਦੇ ਇੱਕ ਵਾਰੀ ਵਾਹ ਵੀ ਵਾਹ 17-17 ਪਰ ਦੋਨਾਂ ਵੀ ਹੋ ਗਿਆ ਹੁਣ 3 ਪੁਆਇੰਟ ਦੀ ਲੀਡ ਹੋ ਗਈ ਹੈ ਲਾਵੇ 20-17 ਹੋ ਗਏ 20-17 ਆਹ ਵਾਹ 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 ਓਏ ਤਾਂ ਪਹਿਲੀ ਗੇਮ ਅਮਨ ਵਾਕੇ ਜਿਹੜਾ ਵੀ ਵਧੀਆ ਟੀਮ ਹੈ ਬਾਂਗੇਵਾਲ ਦੇ ਸਰਦਾਰ ਹਰਵੰਸ ਸਿੰਘ ਕੋਚ ਸਾਹਿਬ ਦੇ ਚੰਡੇ ਹੋਏ ਆ ਔਰ ਲਗਾਤਾਰ 1 ਸਾਲ ਤੋਂ ਕੋਮਾ ਚ ਰਹੇ ਆ ਸਰਦਾਰ ਹਰਵੰਸ ਸਿੰਘ ਜੀ ਬਾਂਗੇਵਾਲ ਜਦੋਂ ਐਕਸੀਡੈਂਟ ਦੇ ਭਾਵੇਂ ਛੋਟਾ ਹੋਇਆ ਸੀਗਾ ਪਰ ਸੱਟ ਐਸੀ ਜਗ੍ਹਾ ਲੱਗੀ ਤੇ ਲਗਾਤਾਰ 1 ਸਾਲ ਕੋਮਾ ਚ ਬੜੀਆਂ ਅਰਦਾਸਾਂ ਕਰੀਆਂ ਅਰਦਾਸਾਂ ਪ੍ਰਵਾਨ ਹੋਈਆਂ ਪਰ ਆਹ ਮੁੰਡਾ ਬਾਂਗੇਵਾਲ ਜਿਹਾ ਬਹੁਤ ਵਧੀਆ ਖੇਡ ਗਿਆ ਔਰ ਡਬਲ ਰੇਟ ਪੈ ਗਈ ਹੈ 1 ਪੁਆਇੰਟ ਚਲਾ ਗਿਆ
ਟੈਕਨੀਕਲ ਫੇਵਰ ਆਫ ਅਵਰ ਟੀਮ ਖੇੜਾ। ਵਾਹ ਜੀ ਵਾਹ, ਵਾਹ ਕੇ ਤਾਂ ਲੋ ਧੰਨਵਾਦ ਹੈ ਬਪਿੰਦਰ ਸਿੰਘ ਦੇਵ ਸਾਡਾ ਭਰਾ ਤੇ ਨਾਲ ਗੱਲ ਦਾ ਰੋਹਿਤ ਠਾਕੁਰ ਵੱਡਾ ਯੋਗਦਾਨ ਹੈ ਖੇਡ ਮੇਲੇ ਦੇ ਲਈ। ਵਾਹ ਕੇ ਤਾਂ ਲੋ ਧੰਨਵਾਦ ਹੈ ਭਰਾਵਾਂ ਦਾ। ਵਾਹ ਕੇ ਗੱਲਾਂ ਟਿਕਾਣੇ ਲਾਤੀਆਂ ਅੱਜ, ਵਾਹ ਕੇ ਵੀ ਇਸ ਖੇਡ ਮੇਲਾ ਅੱਜ ਨਗਰ ਖੇੜੇ ਦੀ ਧਰਤੀ ਤੇ ਮੇਰਾ ਯਾਰ ਚਲਾਕੀ ਹੈ ਕਰਦਾ ਹੈ ਮੇਰੇ ਤੋਂ ਕਾਹਤੋਂ ਸੜਦਾ ਹੈ ਜੇ ਮੂੰਹ ਤੇ ਮੇਰਾ ਬਣ ਜਾਂਦਾ ਹੁਸ਼ਿਆਰੀ ਕਰਕੇ ਬੋਲਦਾ ਨੀ ਵੀ ਪਤਾ ਤਾਂ ਮੈਨੂੰ ਸਭ ਕੁਝ ਹੈ ਵੀ ਪਰ ਮੈਂ ਯਾਰੀ ਕਰਕੇ ਬੋਲਦਾ ਨੀ ਵੀ ਪਤਾ ਤਾਂ ਮੈਨੂੰ ਸਭ ਕੁਝ ਹੈ ਪਰ ਮੈਂ ਯਾਰੀ ਕਰਕੇ ਬੋਲਦਾ ਨੀ ਵੀ ਜਿਹਦਾ ਕੋਲ ਰੱਖੀ ਅਸੀਂ ਰੱਖੀ ਦਿਲ ਤੋਂ ਵੀ ਬਾਰ ਬਾਰ ਪਾਲਸਾਂ ਸਹਾਰੇ ਨੀ ਲਏ ਅਸੀਂ ਘਾਟੇ ਨੇ ਖਾਧੇ ਤਾਂ ਵੀ ਘਾਟ ਕੋਈ ਨਾ ਵੀ ਠੱਗੀ ਸਾਡੇ ਨਾਲ ਲਾ ਕੇ ਆਉਂਦੇ ਚਵਾਰੀ ਨੀ ਹੋਏ। ਵਾਕਈ ਧੰਨਵਾਦ ਹੈ ਜਿੰਨੇ ਵੀ ਦਰਸ਼ਕ ਵੀ ਆਏ ਹੋਏ ਹੈ ਸਾਰੇ ਤੁਹਾਡੇ ਸਾਡੇ ਸਿਰੇ ਦੇ ਖਿਡਾਰੀ ਹੈ ਦੋਨੋਂ ਪਾਸੇ ਤਹਿ ਦਿਲੋਂ ਧੰਨਵਾਦ ਸ਼ਹੀਦ ਸੂਬੇਦਾਰ ਤਾਰਾ ਚੰਦ ਸਪੋਰਟਸ ਕਲੱਬ ਦੇ ਸਾਰੇ ਅਹੁਦੇਦਾਰਾਂ ਦਾ ਨੌਜਵਾਨਾਂ ਦਾ ਔਰ ਉਹਨਾਂ ਖੇੜਾ ਜੀ ਵਿਸ਼ੇਸ਼ ਤੌਰ ਤੇ ਔਰ ਵਿਰੋਧੀ ਟੀਮ ਦਾ ਸਕੋਰ 18 ਹੁਣੇ 10 ਘੜੇ 35 ਮਿੰਟ ਬਾਕੀ ਹੈ ਲੜਨਾ ਪੈਣਾ ਇਸ ਮੈਚ ਦੇ ਵਿੱਚ ਕੁਝ ਕਰਨਾ ਪੈਣਾ ਹੈ ਰਾਜਪੁਰਾ ਟੀਮ ਦੇ ਲਈ ਕਾਫੀ ਮੁਸ਼ਕਲ ਖੜੀ ਹੁੰਦੀ ਹੋਈ ਕਿਉਂਕਿ ਇਹ ਨਗਰ ਖੇੜੇ ਦਾ ਅਜੇ ਇੱਕ ਮੈਚ ਹੋਰ ਬਾਕੀ ਹੈ ਅਗਰ ਨਗਰ ਖੇੜਾ ਇੱਥੇ ਜਿੱਤਦੀ ਹੈ ਤੇ ਫਿਰ ਨਗਰ ਖੇੜਾ ਇੱਕ ਮੈਚ ਹੋਰ ਖੇਡੇਗੀ ਜੇ ਨਹੀਂ ਵੀ ਜਿੱਤਦੀ ਤਾਂ ਵੀ ਖੇਡੇਗੀ ਔਰ ਨਗਰ ਖੇੜਾ ਦੇ ਲਈ ਕਾਫੀ ਆਪਸ਼ਨ ਅਜੇ ਵੀ ਬਾਕੀ ਹੈ ਆਹ ਮੈਚ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਢਿੱਲ ਕਰਨ ਦੀ ਕੋਸ਼ਿਸ਼ ਦੇ ਵਿੱਚ ਨਹੀਂ ਹੈ ਮਾਨਪੁਰਾ ਬੀ ਤੇ ਮਧਾਣਾ ਟੀਮਾਂ ਜਲਦੀ ਗਰਾਊਂਡ ਦੇ ਅੰਦਰ ਆ ਜਾਓ ਫਸਟ ਕੁਆਟਰ ਫਾਈਨਲ ਮਾਨਪੁਰਾ ਮਾਨਪੁਰਾ ਬੀ ਵਰਸਿਸ ਮਧਾਣਾ ਟੀਮਾਂ ਨੇੜੇ ਆਓ ਧੰਨਵਾਦ ਹੈ ਔਰ
ਏਪੀ ਸਾਹਿਬ ਸਰਦਾਰ ਨਰਿੰਦਰ ਸਿੰਘ ਰਿੰਕੇ ਦੇ ਸਪੁੱਤਰ ਔਰ ਰਾਜਪੁਰਾ ਖੇਲੋ ਇੰਡੀਆ ਸੈਂਟਰ ਦਾ ਇਹ ਖਿਡਾਰੀ ਹੈ। ਫੜ ਰਹੀ
ਆ ਰੇਟ ਥੋੜੀ ਜ਼ਿਆਦੇ ਇੰਪ੍ਰੈਸਿਵ ਹੋ ਗਿਆ ਖਿਡਾਰੀ। ਰਿੰਕੂ ਭਾਈ ਆਪਣੀ ਜ਼ਰੂਰ ਧਿਆਨ ਕਰਿਓ ਜੀ। ਰਿੰਕੂ ਵੀਰ ਨੂੰ ਬੇਨਤੀ ਹੈ ਕਿ ਗੇਟ ਦੇ ਲਾਗੇ ਐਕਸਟਰਾ ਮੈਨ ਕੋਈ ਆਉਣਾ ਨਹੀਂ ਚਾਹੀਦਾ ਅੱਜ। ਆਪਣੇ ਆਪਣੇ ਡਿਊਟੀਆਂ 'ਤੇ ਜ਼ਰੂਰ ਤੈਨਾਤ ਰਹਿਣ ਸਾਡੇ ਭਰਾ ਸਾਰੇ ਵੀਰ। ਔਰ ਇਹਦੇ ਵਿੱਚ ਜਿਹੜੀ ਟੀਮ ਜੇਤੂ ਹੋਈ ਹੈ ਸ਼ਹੀਦ ਸੂਬੇਦਾਰ ਤਾਰਾ ਚੰਦ ਸਪੋਰਟਸ ਕਲੱਬ ਨਗਰ ਦਾ ਸਕੋਰ ਰਿਹਾ।